हेलो फ्रेंड्स, दिस इज गुरप्रीत सिंह फ्रॉम वीजा गुरु स्टडी अब्रॉड सेक्टर 17 चंडीगढ़। आज दी वीडियो काफ़ी ज़्यादा अमेजिंग रहने वाली है। कैनेडा PPR ते कैनेडा रिजल्ट्स ते काफ़ी आपां देखिया कि जिवें आस्ट्रेलिया ने वीज़ा देना स्टार्ट किया उवें कैनेडा भी स्मूथ होना स्टार्ट होया। इन्ना ज़्यादा स्ट्रिक्ट होया सीगा कि काफ़ी ज़्यादा परफ्यूजल देखिया बैक स्टैप ते आ चुकिया कैनेडा, उस ते गल करांगे। साडियां जो PPRs आईयां काफ़ी रिफ्यूजल के बाद उन्होंने तुहानू टाइमलाइन शेयर करांगे, तुहानू दस्सांगे कि किवें उन्हां दी PPR आईया। स्पाउस वीज़ा ते स्टूडेंट्स गल करांगे, जिन्हें भी स्पाउस वीज़ाज दे रिजल्ट्स आ रहे हैं जां रिफ्यूज हो रहे हैं उन्हां ते आपां विद फैक्ट गल करांगे। उस तो पहला मेरी रिक्वेस्ट है कि इस वीडियो नू स्टार्टिंग तो लैके एंड तक जरूर देखियो ताकि तुहानू पता लग सके कि की सिनैरियो आ, और वीडियो नू शेयर लाइक सबसक्राइब जरूर करया करो ताकि स्टूडेंट्स एक मोटिवेशन बनी रहे। सब तो पहला हुण आपां गल करदे कैनेडा किवें स्मूथ हो रहा, कित्थों पता लग रहा कि कैनेडा हुण वीज़ा देगा नॉन SDS प्रोफाइल्स नू वी। तां जिवें ही आस्ट्रेलिया ने वीज़ा स्टार्ट किए, इन्हां ने अपना जिहड़ा कोविड टैसट हुंदा सीगा एयरपोर्ट्स ते उह खत्म करता, ICMR लबोरटरियां बनाईआं सी उह बंद कर दित्तियां गईआं। हुण कोविड दा टैसट तुसीं कितों वी करवा सकदे हो। पहलां स्टूडेंट्स नू प्रॉब्लम आउंदी सीगी, डायरैक्ट फ्लाइट बहुत ज़्यादा कॉस्टली पैंदी सी, अगर इनडायरैक्ट रूट चूज करदे सी तां उत्थे अगर पॉजिटिव उहनां दा करोना टैसट निकल जांदा सी तां 14 डेज दा क्वारंटाइन करना पैंदा सी। पेरेंट्स परेशान रहिंदे सी इत्थे इंडिया दे विच और बच्चे भी हराश हुंदे सीगे, बट हुण उह चीज़ खत्म करती आ। इस दे नाल की होएगा कि इनडायरैक्ट रूट सस्ता पएगा और जो डायरैक्ट रूट आ, जो एयर बबल्स दीआं फ्लाइट्स चल रहीआं दो कंट्रियां ने मिलके चलाईआं होईआं, ਉਹ ਵੀ ਆਪਣੇ ਰੇਟ ਘੱਟ ਕਰਨਗੇ, ਕਿਉਂਕਿ ਹੁਣ ਜ਼ਿਆਦਾਤਰ ਸਟੂਡੈਂਟਸ ਫਿਰ ਇਨਡਾਇਰੈਕਟ ਰੂਟ ਹੀ ਜਾਣਗੇ ਕਿਉਂਕਿ ਕਿਸੇ ਤਰ੍ਹਾਂ ਦੇ ਕੋਈ ਰਿਸਕ ਨਹੀਂ ਹੈਗਾ, ਔਰ ਨਾਲ ਦੀ ਨਾਲ ਹੀ ਉਹਨਾਂ ਦਾ ਪੈਸਾ ਵੀ ਬਚੇਗਾ। ਤਾਂ ਇਹ ਇੱਕ ਸਟੈਪ ਬੈਕ ਕਿਉਂ ਗਿਆ, ਕਿਉਂਕਿ ਓਮੀਕ੍ਰੋਨ ਤਾਂ ਹਜੇ ਵੀ ਕੈਨੇਡਾ ਦੇ ਵਿੱਚ ਕਾਫੀ ਜ਼ਿਆਦਾ ਵੱਧ ਰਿਹਾ, ਬਟ ਉਹਨਾਂ ਨੂੰ ਪਤਾ ਕਿ ਅਗਰ ਅਸੀਂ ਸਮੂਥ ਹੋਵਾਂਗੇ ਤਾਂ ਸਾਡੇ ਕੋਲੇ ਪ੍ਰੋਫਾਈਲਸ ਆਉਣੀਆਂ। ਔਰ ਨਾਲ ਦੀ ਨਾਲ ਹੀ ਹੁਣ ਅਸੀਂ ਦੇਖ ਰਹੇ ਹਾਂ ਕਿ ਕਾਫੀ 3-4 ਦਿਨ ਤੋਂ ਇੱਕ PPR ਦੀ ਪੋਜ਼ਿਟਿਵ ਵਾਈਬਸ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ। ਤਾਂ ਆਪਾਂ ਪਹਿਲਾਂ ਅਪਡੇਟਸ ਦੇ ਨਾਲ ਨਾਲ ਆਪਾਂ ਅਮਿਤ ਅਰੋੜਾ ਜੀ ਦੀ ਗੱਲ ਕਰਦੇ ਹਾਂ ਜੀ, PPR ਦੀ 27 January ਦੀ ਹੈ ਜੀ ਇਹਨਾਂ ਦੀ। ਸਟੂਡੈਂਟਸ ਮੈਂ ਟਾਈਮਲਾਈਨ ਦੱਸਦਾ, ਧਿਆਨ ਨਾਲ ਸੁਣਿਓ। 28 October ਦੀ ਫਾਈਲ ਲੌਜ ਸੀਗੀ, ਦੋ ਟਾਈਮ ਰਿਫਿਊਜ਼ ਸੀ ਵੀਜ਼ਾ, PTE 61 ਨੋਟ ਲੈਸ ਦੈਨ 58 ਸੀ, ਪਲੱਸ ਟੂ ਆਰਟਸ ਦੇ ਵਿੱਚ ਕੀਤੀ ਸੀ 61 ਨਾਲ 19 ਪਾਸ ਆਊਟ ਹੋ ਰਹੇ, 2 ਸਾਲ ਦਾ ਗੈਪ ਸੀਗਾ। ਲਿਬਰਲ ਆਰਟਸ 'ਚ ਜਾ ਰਹੇ ਕੋਨਸਟੋਗਾ ਕਾਲਜ, ਔਰ 9 ਲੱਖ ਦੇ ਫੰਡ ਲਗਾਏ ਸੀ ਇਹਨਾਂ ਦੇ, ਔਰ 3 ITR ਲਗਾਈਆਂ ਸੀਗੀਆਂ। ਅੱਜ ਇਹਨਾਂ ਦਾ ਵੀਜ਼ਾ ਆਇਆ, ਕੰਗਰੈਚੁਲੇਟ ਕਰਦੇ ਹਾਂ ਅਮਿਤ ਅਰੋੜਾ ਜੀ। ਦੈਨ ਸ਼ਹਿਨਾਜ਼ ਬਾਨੂ ਗੁਜਰਾਤ ਤੋਂ, ਸਟੂਡੈਂਟਸ ਗੁਜਰਾਤ ਤੋਂ ਸਟੂਡੈਂਟ ਦੇਖੋ ਕਿੰਨੀ, ਪੰਜਾਬ ਚੰਡੀਗੜ੍ਹ ਕਿੱਥੇ ਗੁਜਰਾਤ, ਸਾਨੂੰ ਬਹੁਤ ਜ਼ਿਆਦਾ ਮਾਣ ਹੁੰਦਾ ਇਸ ਗੱਲ 'ਤੇ ਕਿ ਸਟੂਡੈਂਟਸ ਇੰਨਾ ਟਰੱਸਟ ਕਰਦੇ ਆ। ਅਸੀਂ ਹਜੇ ਤੱਕ ਇਹ ਸਟੂਡੈਂਟ ਨੂੰ ਦੇਖਿਆ ਨਹੀਂ, ਸ਼ਹਿਨਾਜ਼ ਬਾਨੂ ਜੀ, ਔਰ ਇਹ ਕਹਿੰਦੇ ਅਸੀਂ ਵਿਜ਼ਿਟ ਨਹੀਂ ਕਰਨਾ ਸਰ, ਸਾਡਾ ਪਾਸਪੋਰਟ ਕੋਰੀਅਰ ਕਰ ਦਿਓ। ਲੌਜਮੈਂਟ ਹੋਈ ਹੈ ਜੀ 2 November ਦੀ, 1 time ਰਿਫਿਊਜ਼ ਸੀ, ਪਲੱਸ ਟੂ ਕਮਰਸ 2020 ਪਾਸ ਆਊਟ, 57% ਇਹਨਾਂ ਦੀ ਮਾਰਕਸ ਸੀਗੇ, 6 each ਬੈਂਡ, ਕੋਨਸਟੋਗਾ ਇੰਟਰਨੈਸ਼ਨਲ ਬਿਜ਼ਨਸ 'ਚ ਜਾ ਰਹੇ ਹੈ ਜੀ ਇਹ ਸ਼ਹਿਨਾਜ਼ ਬਾਨੂ ਜੀ, ਬਹੁਤ ਬਹੁਤ ਕੰਗਰੈਚੁਲੇਟ ਕਰਦੇ ਹਾਂ। 1 time ਰਿਫਿਊਜ਼ ਸੀ ਗੁਜਰਾਤ ਤੋਂ ਇਹ। ਦੈਨ ਹਰਿੰਦਰ ਸਿੰਘ ਆ ਜੀ, 26 January ਦੀ PPR, 2 time ਰਿਫਿਊਜ਼ ਸੀ ਸਟੂਡੈਂਟ ਇਹ 2 ਵਾਰ, ਔਰ ਇਹਨਾਂ ਦਾ ਬੈਨ ਵੀ ਲੱਗ ਸਕਦਾ ਸੀ, ਏਜੰਟ ਨੇ ਇਦਾਂ ਦਾ ਕੰਮ ਕੀਤਾ ਸੀ ਇਹਨਾਂ ਦੀ ਫਾਈਲ ਦੇ ਵਿੱਚ, ਪਰ ਵਿਦ ਗ੍ਰੇਸ ਆਫ ਗੋਡ ਇਹ ਬਚ ਗਏ। 6.5 6.5 ਬੈਂਡ ਸੀ, ਨੋਟ ਲੈਸ ਦੈਨ 6, ਪਲੱਸ ਟੂ ਨੋਨ ਮੈਡੀਕਲ 69%, 19 ਪਾਸ ਆਊਟ ਆ ਜੀ ਇਹ ਵੀ, ਔਰ ਮੈਥ ਦੇ ਵਿੱਚ 45 ਸੀਗੇ ਇਹਨਾਂ ਦੇ, 45% ਸੀ, ਜਿਹੜੇ ਏਜੰਟ ਕਹਿੰਦੇ ਆ ਕਿ ਨਹੀਂ ਜੀ 50 ਤੋਂ ਨੀਚੇ ਮੈਥ 'ਚ ਹੁਣ ਤਾਂ ਵੀਜ਼ਾ ਹੀ ਨਹੀਂ ਲੱਗਦਾ, ਬਟ ਇਹਨਾਂ ਦਾ ਲੱਗਿਆ। ਕੰਪਿਊਟਰ ਪ੍ਰੋਗਰਾਮਿੰਗ 2 years ਦਾ ਕੋਰਸ ਹੈ ਜੀ, ਸੂ ਕਾਲਜ, ਸਾਲਟ ਕਾਲਜ ਆ, ਬਟ ਪ੍ਰੋਨਾਊਂਸੀਏਸ਼ਨ ਜਿਹੜੀ ਆ ਉਹ ਸੂ ਕਾਲਜ ਕਹਿੰਦੇ ਇਹਨੂੰ। ਕੋਈ ਫੰਡਸ ਨਹੀਂ ਲਗਾਇਆ ਕਿਉਂਕਿ ਘਰੋਂ ਠੀਕ ਠਾਕ ਸੀਗੇ, ਓਨਲੀ 1 ਸਾਲ ਦੀ ITR ਲਗਾਈ ਹੈ ਜੀ, ਤੁਸੀਂ ਦੇਖ ਸਕਦੇ ਹੋ। ਹਰਿੰਦਰ ਸਿੰਘ ਜੀ ਕੋਟਕਪੂਰਾ ਤੋਂ ਬਿਲੋਂਗ ਕਰਦੇ ਆ। ਤਾਂ ਕਿਤੇ ਨਾ ਕਿਤੇ ਸਟੂਡੈਂਟਸ ਕਾਫੀ ਜ਼ਿਆਦਾ ਸਮੂਥ ਹੋ ਰਹੀ ਆ ਵੈਸੀ, ਔਰ ਤੁਸੀਂ ਦੇਖੋਗੇ ਫਰਵਰੀ ਮਾਰਚ ਤੱਕ ਜਦੋਂ ਬਲਕ ਦੇ ਵਿੱਚ ਵੀਜ਼ਾਸ ਆਉਣਗੇ ਆਸਟ੍ਰੇਲੀਆ ਦੇ, ਤਾਂ ਕੈਨੇਡਾ ਦਾ ਹਾਲਤ ਦੇਖਿਓ ਤੁਸੀਂ ਕੀ ਹੁੰਦੀ, ਜਿਹੜੇ 5.5 ਵਾਲੇ ਆ ਉਹਨਾਂ ਨੂੰ ਵੀ ਵੀਜ਼ਾ ਦੇਣਗੇ। ਇਸ ਦੇ ਨਾਲ ਹੀ ਸਟੂਡੈਂਟਸ ਮੈਂ ਇੱਕ ਹੋਰ ਗੱਲ ਦੱਸਦਾ, ਇਸ ਤੋਂ ਬਾਅਦ ਸਪਾਊਸ ਦੀ ਗੱਲ ਕਰਾਂਗੇ, ਸਾਡੀਆਂ 2 refusals ਵੀ ਆਈਆਂ। ਰਿਫਿਊਜ਼ਲਸ ਕਿਵੇਂ ਆਈਆਂ, ਇੱਕ 12 ਤਰੀਕ ਦੀ ਫਾਈਲ ਲੌਜ ਸੀ 12 January, ਔਰ ਇੱਕ 21 January ਦੀ ਫਾਈਲ ਲੌਜ ਸੀਗੀ, ਬੇਸ਼ੱਕ ਉਹ ਨੋਨ SDS ਫਾਈਲ ਸੀਗੀਆਂ, ਬਟ ਤੁਸੀਂ ਇਹ ਦੇਖੋ ਜਿਨ੍ਹਾਂ ਦੀ ਰਿਫਿਊਜ਼ਲ ਦੇਣੀ ਆ ਉਹ 8 to 10 days ਦੇ ਵਿੱਚ ਹੀ ਦੇ ਰਹੇ ਆ, ਜਿਨ੍ਹਾਂ ਦੀਆਂ PPRs ਦੇਣੀਆਂ ਉਹਨਾਂ ਨੂੰ 2-3 ਮਹੀਨੇ ਲਾ ਰਹੇ ਆ।
बट इन्हों का हजे तक नहीं सिस्टम पता लग्या कि की आ, बट बहुत जल्द यह चीज भी क्लीयर हो जाएगी कि देखते हैं कैनेडा बैसी कितों तक जाती है। हुण आपां स्पाउस की गल करते, स्पाउस वीजा दे रहे 2020 वाले काफ़ी क्लीयर हो चुके हैं, हम 2021 वाले स्पाउस वीजा जिहड़ा ग्रांट कर रहे हैं, बट थिंग इज दैट कि जिन्हां नूं 2-2 साल हो गए आ, जिन्हां दे स्पाउस कैनेडा दे विच वर्क परमिट ते आ, उन्हां दा वीजा अंबैसी रिफ्यूज कर रही आ, तां मेरी उन्हां नूं रिक्वेस्ट डीमोटिवेट होण दी लोड़ नहीं। अगर तुहाडा स्पाउस उत्थे अपलाई स्टेटस ते आ जां उत्थे वर्क परमिट ते आ, तुहाडा तुसीं विजिटर वीजा अपलाई करो, 100% तुहाडा वीजा लगेगा, शॉर्ट शॉर्ट वीजा लगेगा, इस करके डीमोटिवेट होण दी लोड़ नहीं। तो स्टूडेंट्स और किसी भी ज़्यादा जानकारी लिए एनी टाइम कॉन्टैक्ट कर सकते हो। ऑस्ट्रेलिया वीज़ा अपलाई करना 19 पास आउट हो, PTE की हुई है, कैनेडा तो काफ़ी टाइम रिफ्यूज़ हो चुके हो, तो एक बार जरूर कॉन्टैक्ट करो। जो भी सानू 10-12 साल का एक्सपीरियंस आ, कोशिश करा तुहानू राइट इनफॉर्मेशन देने की। स्टूडेंट्स इन्ना टाइम देने के लिए, इन्ना प्यार दें, थैंक यू सो मच।